ਦੇਖੋ ਅੱਜ ਸੈਂਟਰ ਦਾ ਕੇਂਦਰ ਸਰਕਾਰ ਦਾ ਬਜਟ ਪੇਸ਼ ਹੋਇਆ ਬਹੁਤ ਹੀ ਨਿਰਾਸ਼ਾਜਨਕ ਬਜਟ ਆ ਨਾ ਨੌਜਵਾਨਾਂ ਲਈ ਕੁਝ ਰੱਖਿਆ ਨਾ ਕਿਸਾਨਾਂ ਲਈ ਕੁਝ ਰੱਖਿਆ ਨਾ ਸਾਡੇ ਦੇਸ਼ ਦੇ ਦਲਿਤ ਭਰਾਵਾਂ ਲਈ ਕੁਝ ਰੱਖਿਆ ਇਹ ਜਿਹੜਾ ਬਜਟ ਆ ਮੈਂ ਸਮਝਦਾ ਕਿ ਝੂਠ ਦਾ ਪਲੰਦਾ ਪੇਸ਼ ਕੀਤਾ ਹਰ ਸਾਲ ਇਸ ਤਰ੍ਹਾਂ ਦਾ ਬਜਟ ਪੇਸ਼ ਕਰਦੇ ਨੇ ਸਾਰੀਆਂ ਸਕੀਮਾਂ ਜਿਹੜੀਆਂ ਹੁੰਦੀਆਂ ਨੇ ਉਹ 2050 ਤੱਕ ਜਾਂਦੀਆਂ ਨੇ 2025 ਤੱਕ ਜਾਂਦੀਆਂ ਨੇ ਇਸ ਸਾਲ ਚ ਕੋਈ ਵੀ ਸਕੀਮ ਪੂਰੀ ਨਹੀਂ ਹੋ ਰਹੀ ਸੋ ਮੇਰਾ ਕਹਿਣ ਦਾ ਭਾਵ ਆ ਜਿਹੜਾ ਜਿਹੜਾ ਬਜਟ ਪੇਸ਼ ਹੋਇਆਗਾ ਇਹ ਨਿਰਾਸ਼ਾਜਨਕ ਆ ਇਹਨੇ ਦੇਸ਼ ਨੂੰ ਬਹੁਤ ਜ਼ਿਆਦਾ ਨਰਾਸ਼ ਕੀਤਾ ਖਾਸ ਕਰਕੇ ਯੁਵਕ ਸਾਡੇ ਜਿਹੜ ਨਿਰਾਸ਼ ਕੀਤਾ ਕਿਸਾਨਾਂ ਨੂੰ ਬਹੁਤ ਨਿਰਾਸ਼ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੰਡਸਟਰੀ ਲਿਸਟ ਵਪਾਰੀ ਜਿਨ੍ਹਾਂ ਨੇ ਮੈਸਮੇ ਦਾ ਰੋਜ਼ਗਾਰ ਪੈਦਾ ਕਰਨਾ ਉਹਨੂੰ ਬਹੁਤ ਵੱਡੀ ਪੱਧਰ ਤੇ ਨਿਰਾਸ਼ਾ ਜਿਹੜੀ ਸਾਹਮਣੇ ਆਈ ਜਗੀ ਜਿਸ ਤਰ੍ਹਾਂ ਸਰਕਾਰ ਦਾ ਕਹਿਣਾ ਹੈ ਕਿ ਅਸੀਂ 3000 ਜਿਹੜੇ ਯੂਨੀਵਰਸਿਟੀ ਖੋਲਾਂਗੇ ਦੇਖੋ ਹਰ ਸਾਲ ਸਕਿੱਲ ਇੰਡਸਟਰੀ ਖੋਲਦੇ ਨੇ ਹਰ ਸਾਲ ਜਿਹੜੀਆਂ ਅਨਾਊਂਸਮੈਂਟਸ ਲੰਗੀਆਂ ਉਹ ਸਕਿੱਲੀ ਹੁੰਦੀਆਂ ਨੇ ਪਰ ਲੇਕਿਨ ਹਜੇ ਤੱਕ ਕੋਈ ਵੀ ਜਿਹੜੀ ਸਕੀਮ ਆ ਉਹ ਸਿਰੇ ਨਹੀਂ ਚੜੀ ਕੋਈ ਵੀ ਸਕੀਮ ਪਾਸ ਨਹੀਂ ਹੋਈ ਹਰੇਕ ਦੇਖੋ ਤੁਸੀਂ ਪਹਿਲਾ ਜਿਹੜੇ ਸਕਿੱਲ ਸੈਂਟਰ ਖੁੱਲੇ ਸੀਗੇ ਉਹਨਾਂ ਚ ਕਿੱਡੇ ਵੱਡੇ ਕਪਲੇ ਹੋਏ ਨੇ ਕਿੱਡੇ ਵੱਡੇ ਫਰਾਡ ਹੋਏ ਨੇ ਕਿਸੇ ਦੀ ਕੋਈ ਅਕਾਉਂਟੇਬਿਲਟੀ ਹੈ ਨਹੀਂ ਸੋ ਇਸ ਮੈਂ ਸਮਝਦਾ ਕਿ ਲੁੱਟਣ ਦੇ ਨਾਥਲੇ ਲੋਕਾਂ ਨੂੰ ਨੌਕਰੀਆਂ ਦੇ ਨਾਥਲੇ ادارے ਖੁੱਲੇ ਜਾਂਦੇ ਨੇਗੇ ਔਰ 2 ਜਾਂ 3 ਸਾਲਾਂ ਚੋਂ ਬੰਦ ਹੋ ਜਾਂਦੇ ਨੇਗੇ ਤੇ ਇਹਦੇ ਨਾਲ ਇਹ ਛੋਟਾ ਵਪਾਰੀਓ ਕਾਫੀ ਉਮੀਦ ਲਗਾ ਬੈਠਾ ਦੇਖੋ GST ਮੈਸਾਂਵੰਦਾ ਇੰਨਾ ਕੁ ਗੁੰਜਲਦਾਰ ਆ GST ਨਾਲ ਮੈਸਾਂਵੰਦਾ ਸਾਰੇ ਸਟੇਟ ਨੇ ਜਿਹੜੇ ਖਾਸ ਤੌਰ ਜਿੰਨੀਆਂ ਵੀ ਸਟੇਟਾਂ ਇਹਨਾਂ ਨੂੰ ਠੂਠਾ ਫੜਾਤਾ ਉਹਨਾਂ ਨੂੰ ਮੰਗਣ ਲਈ ਮਜਬੂਰ ਕਰਾਤਾ ਔਰ ਸਾਰੀਆਂ ਸਟੇਟਾਂ ਆ ਕੇ ਦਿੱਲੀ ਬੈਠੀਆਂ ਰਿਆਂ ਦੀਆਂ ਨੇ ਸੈਂਟਰ ਸਰਕਾਰ ਕੋਲੇ ਬੈਠੀਆਂ ਰਿਆਂ ਨੇ ਕਿਸੇ ਨੂੰ ਪੂਰਾ ਜਿਹੜਾ GST ਰਿਟਰਨ ਨਹੀਂ ਹੁੰਦਾ ਹੈਗਾ ਬਾਰ ਬਾਰ ਸੈਂਟਰ ਫੰਡ ਇਕੱਠੇ ਕਰ ਲੈਂਦਾ ਸਟੇਟਾਂ ਤੋਂ ਔਰ ਜਿਹੜਾ ਸਟੇਟ ਨੇਗੇ ਉਹਨਾਂ ਨੂੰ ਪੂਰਾ ਜਿਹੜਾ ਹੱਕ ਆ ਉਹ ਨਹੀਂ ਮਿਲ ਰਿਹਾ ਇਹੀ ਕਾਰਨ ਆ ਕਿ GST ਦੇ ਨਾਂ ਥੱਲੇ ਬਹੁਤ ਵੱਡਾ ਮੈਸਾਂਵੰਦਾ ਇੱਕ ਪੰਜਾਬ ਦੇ ਜਿਹੜੇ ਸਟੇਟ ਨੇਗੇ ਖਾਸ ਤੌਰ ਤੇ ਉਹਨਾਂ ਨਾਲ ਵੱਡਾ ਪ੍ਰਾਈਵੇਟ ਟ੍ਰੇਨਾਂ ਵੀ ਸ਼ੁਰੂ ਕਰਨ ਦੀ ਗੱਲ ਜਿਹੜੀ ਉਹ ਕੀਤੀ ਗਈ ਹੈ ਨੂੰ ਕਿਸ ਤਰ੍ਹਾਂ ਦੇਖੀਏ ਦੇਖੋ ਹਰ ਵਾਰ ਮੈਂ ਸੁਣਦਾ 150 ਪ੍ਰਾਈਵੇਟ ਟ੍ਰੇਨ ਸ਼ੁਰੂ ਕਰਨ ਦੀ ਗੱਲ ਇਸ ਵਾਰ ਹੋਈ ਹੈ ਹਰ ਸਾਲ ਹੁੰਦੀਆਂ ਲੱਗੀਆਂ ਜਦੋਂ ਵੀ ਬੱਸ ਸਟਾਪ ਦਾ ਘਾ ਪਰ ਲੇਕਿਨ ਕਦੇ ਵੀ ਉਹ ਜਿਹੜੀਆਂ ਟ੍ਰੇਨਾਂ ਨੇ ਉਹ ਟ੍ਰਾਇਲ ਜਿਹੜੀਆਂ ਹੈਗਾ ਟਰੈਕ ਤੇ ਨਹੀਂ ਮਿਲਦੀਆਂ ਹੈਗੀਆਂ ਉਹ ਸਿਰਫ ਅਨਾਉਂਸਮੈਂਟਸ ਹੁੰਦੀਆਂ ਨੇਗੀਆਂ ਲਗਾਤਾਰ ਅਨਾਉਂਸਮੈਂਟਾਂ ਹੋ ਰਹੀਆਂ ਨੇ ਪਹਿਲਾਂ ਵੀ ਹੋਈਆਂ ਨੇ ਹੁਣ ਵੀ ਹੋ ਰਹੀਆਂ ਨੇ ਦੇਖੋ ਜਿਹੜੀ ਪ੍ਰਾਈਵੇਟ ਕਰਨ ਹੋ ਰਿਹਾ ਖਾਸ ਤੌਰ ਤੇ ਰੇਲਵੇ ਦਾ ਬਹੁਤ ਮਾੜੀ ਗੱਲ ਆ ਕਿਉਂਕਿ ਰੇਲਵੇ ਦੇਸ਼ ਦਾ ਸਭ ਤੋਂ ਵੱਡਾ ਅਦਾਰਾ ਹੈਗਾ ਉਹਦਾ ਪ੍ਰਾਈਵੇਟ ਕਰਨ ਹੋਣਾ ਦੇਸ਼ ਲਈ ਬਹੁਤ ਮਾੜੀ ਗੱਲ ਆ ਇੱਥੋਂ ਪਤਾ ਲੱਗਦਾ ਕਿ ਜਿਹੜਾ ਭਾਜਪਾ ਆ ਉਹ ਪ੍ਰਾਈਵੇਟ ਘਰਾਣਿਆਂ ਨੂੰ ਖਾਸ ਤੌਰ ਤੇ ਚੰਦਕ ਜਿਹੜੇ ਪ੍ਰਾਈਵੇਟ ਘਰਾਣੇ ਦੇ ਵੱਡੇ ਵੱਡੇ ਉਦਯੋਗਪਤੀ ਨੇ ਉਹਨਾਂ ਨੂੰ ਲਾਭ ਦੇ ਰਹੀ ਆ ਔਰ ਜਿਹੜੇ ਆਮ ਵਪਾਰੀ ਨੇ ਆਮ ਇੰਡਸਟਰੀਲਿਸਟ ਨੇ ਆਮ ਲੋਕ ਨੇ ਉਹਨਾਂ ਨੂੰ ਬਹੁਤ ਵੱਡੀ ਨਿਰਾਸ਼ਾ ਉਹਦਾ ਸਾਹਮਣਾ ਕਰਨਾ ਪੈ ਰਿਹਾਗਾ ਜਿਸ ਤਰ੍ਹਾਂ ਦਿੱਲੀ ਜਿਹਨਾਂ ਐਕਸ਼ਨ ਦੀ ਗੱਲ ਕਰੀਏ ਇਸ ਤਰ੍ਹਾਂ ਉਸ਼ਾ ਲੱਗ ਰਿਹਾ ਤੁਸੀਂ ਵੀ ਘ ਦੇਖੋ ਦਿੱਲੀ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਹੈਗਾ ਬੜਾ ਸਪਸ਼ਟ ਜਿਹੜਾ ਹੈਗਾ ਲੋਕਾਂ ਦਾ ਬਾਹਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੇ ਲਗਾਤਾਰ 5 ਸਾਲ ਕੰਮ ਕੀਤਾਗਾ ਹਰ ਇੱਕ ਦੇ ਘਰ ਤੱਕ ਜਿਹੜਾ ਹੈਗਾ ਉਸ ਲਾਭ ਹਰੇਕ ਜਿਹੜੀ ਸਕੀਮ ਆ ਉਹਦਾ ਲਾਭ ਪਹੁੰਚਿਆਗਾ ਚਾਹੇ ਜੁੜੀ ਛੋਟੀ ਮਰ ਸਕੀਮਾਂ ਚਾਹੇ ਵੱਡੀ ਸਕੀਮਾਂ ਤੁਸੀਂ ਦੇਖੋ ਸਭ ਤੋਂ ਸਸਤੀ ਬਿਜਲੀ ਕਿੱਥੇ ਆ ਦਿੱਲੀ ਚ ਸਭ ਜਿਹੜਾ ਇਲਾਜ ਆ ਮੁਫਤ ਇੱਥੇ ਹੈਗਾ ਐਜੂਕੇਸ਼ਨ ਕਿੰਨੀ ਸਸਤੀ ਉਹ ਇੱਥੇ ਹੈਗੀ ਸੋ ਸਾਰਾ ਕੁਝ ਜਿਹੜਾ ਹੈਗਾ ਜਿੰਨੀਆਂ ਸਕੀਮਾਂ ਅਰਵਿੰਦ ਕੇਜਰੀ ਨੇ ਲਾਂਚ ਕੀਤੀਆਂ ਸਾਰੀਆਂ ਹਰ ਇੱਕ ਦੇ ਘਰ ਤੱਕ ਪਹ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਜੀ ਦਰਜ ਕਰਨ ਜਾ ਰਹੀ ਹੈ ਦੇਖੋ ਬਹੁਤ ਵੱਡੀ ਜਿਹੜੀ ਐ ਖੇ ਪੰਜਾਬ ਚ ਫੜੀ ਗਈ ਐ ਮੈਂ ਸਮਝਦਾ ਕਿ ਐਸਟੀਐਫ ਦੇ ਮੁਖੀ ਸਿੱਧੂ ਸਾਹਿਬ ਦੀ ਕਬੱਡੀ ਪ੍ਰਾਪਤੀ ਹੈਗੀ ਔਰ ਇਹਦੇ ਨਾਲ ਇੱਕ ਬਹੁਤ ਵੱਡਾ ਕਨੈਕਸ਼ਨ ਜਿਹੜਾ ਮੈਂ ਸਮਝਦਾ ਪੋਲਿਟਿਕਲ ਲੋਕਾਂ ਦਾ ਜੁੜਿਆ ਹੋਇਆ ਹੈਗਾ ਉਹ ਸਾਰਿਆਂ ਨੂੰ ਪਤਾ ਹੈਗਾ ਕਿ ਉਹ ਜਿਹੜਾ ਪਰਿਵਾਰ ਫੜਿਆ ਗਿਆ ਉਹਦਾ ਕਨੈਕਸ਼ਨ ਜਿਹੜਾ ਹੈਗਾ ਸ਼ਰੋਮਣੀ ਕਾਲੇਦ ਲ ਨਾਲ ਜੁੜਦਾ ਹੈਗਾ ਔਰ ਮੈਂ ਸਮਝਦਾ ਕਿ ਸਰਕਾਰ ਨੂੰ ਚਾਹੀਦਾ ਔਰ ਜਿਹੜੇ ਵੀ ਪੋਲਿਟਿਕਲ ਲੋਕੇ ਦੇ ਪਿੱਛੇ ਨੇ ਤੁਰੰਤ ਲੰਗੇ ਕੀਤੇ ਜਾਣੇ ਚਾਹੀਦੇ ਨੇ ਤੁਰੰਤ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਲੰਬਾ ਹਰਸਾ ਹੋ ਗਿਆ ਪੰਜਾਬ ਦੇ ਵਿੱਚ ਬ ਫੜੇ ਨਹੀਂ ਜਾ ਰਹੇ ਹੋ ਹਮੇਸ਼ਾ ਬਸਦੇ ਰਹਿੰਦੇ ਨੇ ਕਿ ਵੱਡੀ ਖੇਪ ਫੜੀ ਗਈ ਹੈ ਸੋ ਮੈਸਰ ਸਾਹਿਬ ਦਾ ਸਰਕਾਰ ਜਿਹੜੀ ਆ ਔਰ ਕੈਪਟਨ ਸਾਹਿਬ ਨੇ ਤੁਰੰਤ ਕੋਈ ਨਾ ਕੋਈ ਐਕਸ਼ਨ ਲੈ ਕੇ ਉਹਨਾਂ ਦੇ ਆਧਾਰਿਆਂ ਨੂੰ ਜਿਹੜੇ ਉਹ ਪਰਿਵਾਰ ਨੇ ਉਹਨਾਂ ਨੂੰ ਬਿਲੰਗਾ ਕਰਨਗੇ ਉਹਨਾਂ ਨੂੰ ਜਲਦੀ ਫੜਨਗੇ ਵੀ ਵੀਰ ਬਾਦਲ ਹੁਣ ਪ੍ਰਚਾਰ ਕਰਨ ਆ ਰਹੇ ਨੇ ਯੂਟਰਨ ਮਾਰ ਲਿਆ ਦੇਖੋ ਸੁਖਵੀਰ ਬਾਦਲ ਮੈਂ ਸਮਝਦਾ ਬਾਰ-ਬਾਰ ਯੂ-ਟਰਨ ਮਾਲਦੇ ਰਹੇ ਕਦੇ ਉਹ ਕਹਿੰਦੇ ਨੇ ਸੀਏ ਦਾ ਸਮਰਥਨ ਕਰਾਂਗੇ ਕਦੇ ਨਹੀਂ ਕਰਾਂਗੇ ਤੁਸੀਂ ਦੇਖੋ ਵੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸਮਰਥਨ ਕੀਤਾ ਜਦੋਂ ਪੰਜਾਬ ਵਿਧਾਨ ਸਭਾ 'ਚ ਮਤਾ ਆਇਆ ਉਹਦਾ ਵਿਰੋਧ ਕੀਤਾ ਪਰ ਲੇਕਿਨ ਜਦੋਂ ਗਰਾਊਂਡ ਤੇ ਜਾਂਦੇ ਨੇ ਲੋਕਾਂ ਜਾਂਦੇ ਨੇ ਉੱਥੇ ਤਾਂ ਕੋਈ ਹੋਰ ਬੋਲੀ ਬੋਲਦੇ ਨੇਗੇ ਸੋ ਮੈਂ ਸਮਝਦਾ ਸੁਖਵੀਰ ਸਿੰਘ ਬਾਦਲਾ ਉਹਨਾਂ ਨੇ ਅੱਜਕੱਲ ਬੀਜੇਪੀ ਦੇ ਸਾਹਮਣੇ ਗੋਡੇ ਟੇਕ ਕੇ ਹੋਏ ਨੇ ਆਪਣੀ ਧਰਮ ਪਤਨੀ ਦੀ ਜਿਹੜੀ ਆ ਮਨਿਸਟਰਸ਼ਿਪ ਬਚਾਉਣ ਦੇ ਲਈ ਉਹਦੀ ਜਿਹੜੀ ਆ ਮੰਤਰੀਸ਼ਿਪ ਬਚਾਉਣ ਦੇ ਲਈ ਲਗਾਤਾਰ ਜਿਹੜਾ ਹੈਗਾ ਉਹ ਬੀਜੇਪੀ ਦੇ ਸਾ ਔਰ ਲਗਾਤਾਰ ਬੇਸੂਲੀਆਂ ਬੇਮਹੀਨੇ ਗੱਲਾਂ ਕਰ ਰਹੇ ਨੇ